ਆਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾ ਜਨਰਲ ਸਕੱਤਰ ਮੈਂ ਰਾਣਾ ਰਣਵੀਰ ਸਿੰਘ ਤੁਹਾਡੇ ਨਾਲ ਗੱਲ ਕਰ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਸਲੇਮ ਸ਼ਾਹ, ਨਵਾਂ ਸਲੇਮ ਅਤੇ ਬਸਤੀ ਸਲੇਮ ਸ਼ਾਹ, ਜਿਹਦੀ 375 ਏਕੜ ਜ਼ਮੀਨ ਪ੍ਰੋਵਿਜ਼ਨਲ ਗੌਰਮੈਂਟ ਕਸਟੋਡੀਅਨ ਬਿੱਲਾ ਅਲਾਟ ਹੋਈ ਆ, ਜੋ ਗਰੀਬ ਆਬਾਦਕਾਰ ਕਿਸਾਨਾਂ ਨੇ 1954 ਤੋਂ ਜਦੋਂ ਅਲਾਟ ਹੋਈ ਉਦੋਂ ਤੋਂ ਲੈ ਕੇ ਉਹਨੂੰ ਆਬਾਦ ਕਰਕੇ ਉਹਦੇ 'ਤੇ ਖੇਤੀ ਕਰਦੇ ਆ ਰਹੇ ਆ। ਤਕਰੀਬਨ 300 ਤੋਂ ਉੱਪਰ ਪਰਿਵਾਰ ਆ ਜਿਹੜਾ ਆਪਣਾ ਪਰਿਵਾਰਾਂ ਦਾ ਪੇਟ ਪਾਲ ਰਿਹਾ ਉੱਤੇ ਖੇਤੀ ਕਰਕੇ। ਪਰ ਪੰਜਾਬ ਸਰਕਾਰ ਉਹਨਾਂ ਲੋਕਾਂ ਨੂੰ ਉਜਾੜ ਕੇ, ਉਹਨਾਂ ਤੋਂ ਜ਼ਮੀਨ ਖੋਹ ਕੇ ਕਾਰਪੋਰੇਟਾਂ ਦੇ ਹਵਾਲੇ ਕਰਨ ਜਾ ਰਹੀ ਆ, ਜੋ ਕਿ ਕਿਸੇ ਵੀ ਤਰ੍ਹਾਂ ਮਾਲ ਰਿਕਾਰਡ ਦੇ ਵਿੱਚ ਆ ਜਿਹੜੀ ਉਹ ਪੰਚਾਇਤੀ ਨਹੀਂ ਬੋਲਦੀ, ਨਾ ਉਹ ਸ਼ਾਮਲਾਟ ਬੋਲਦੀ ਆ, ਔਰ ਉਹ ਪ੍ਰੋਵਿਜ਼ਨਲ ਗੌਰਮੈਂਟ ਦੇ ਨਾਂ ਬੋਲਦੀ ਆ, ਔਰ ਉੱਤੇ ਕਾਬਜ਼ਾ ਤਕਰੀਬਨ 70 ਸਾਲ ਤੋਂ ਲੋਕ ਜਿਹੜੇ ਉੱਤੇ ਖੇਤੀ ਕਰ ਰਹੇ ਆ। ਉੱਤੇ 3 ਵਾਰ ਪ੍ਰਸ਼ਾਸਨ ਪੂਰੇ ਧੱਕੇ ਨਾਲ ਉੱਥੇ ਚੜ੍ਹ ਕੇ ਆਇਆ ਉਹਨਾਂ ਤੋਂ ਜ਼ਮੀਨਾਂ ਖੋਹਣ ਵਾਸਤੇ। ਬੀਬੀਆਂ ਬੱਚੇ ਜਿੰਨੇ ਵੀ ਆ ਕਿਸਾਨ ਮਜ਼ਦੂਰ ਆ, ਉਹ ਆਪਣੀ ਜ਼ਮੀਨ ਦੇ ਵਿੱਚ ਬੈਠੇ ਆ, ਉਹ ਦਿਨ ਰਾਤ ਉੱਥੇ ਗਰਮੀ ਦੇ ਵਿੱਚ ਮੱਛਰ ਲੜਾ ਰਹੇ, ਆਪਣੀਆਂ ਜ਼ਮੀਨਾਂ ਜਿਹੜੀਆਂ ਉਹਨਾਂ ਤੋਂ ਸਰਕਾਰ ਖੋਹਣ ਜਾ ਰਹੀ ਆ ਉਹਨਾਂ ਨੂੰ ਬਚਾ ਰਹੀ ਆ। ਅੱਜ ਫਾਜ਼ਿਲਕਾ ਜ਼ਿਲ੍ਹੇ ਦੇ ADC ਨੇ ਆਪਣੇ ਦਫ਼ਤਰ ਵਿੱਚ ਕਿਸਾਨਾਂ ਨੂੰ ਅਤੇ ਉਹਨਾਂ ਨੁਮਾਇੰਦਿਆਂ ਨੂੰ, ਕਿਸਾਨ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਨੂੰ ਸੱਦ ਕੇ ਉੱਥੇ ਜਲੀਲ ਕੀਤਾ, ਔਰ ਨਾਲ ਚੇਤਾਵਨੀ ਦਿੱਤੀ ਕਿ ਧੱਕੇ ਨਾਲ ਅਸੀਂ ਲਾਠੀ ਚਾਰਜ ਕਰਕੇ ਤੁਹਾਡੀਆਂ ਜ਼ਮੀਨਾਂ ਜਿਹੜੀਆਂ ਖੋਹ ਲੈਣੀਆਂ, ਤੁਹਾਡੀਆਂ ਜ਼ਮੀਨਾਂ 'ਤੇ ਅਸੀਂ ਕਬਜ਼ਾ ਕਰ ਲੈਣਾ। ਪਰ ADC ਸਾਹਿਬ, ਤੁਹਾਨੂੰ ਵੀ ਅਸੀਂ ਚੇਤਾਵਨੀ ਦਿੰਦੇ ਹਾਂ, ਪੰਜਾਬ ਸਰਕਾਰ ਨੂੰ ਵੀ ਚੇਤਾਵਨੀ ਦਿੰਦੇ ਹਾਂ, ਔਰ ਸਿਵਲ ਪ੍ਰਸ਼ਾਸਨ ਨੂੰ ਵੀ, ਪੁਲਿਸ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦਿੰਦੇ ਹਾਂ। ਜੇਕਰ ਤੁਸੀਂ ਅੰਦੋਲਨ ਕਰ ਰਹੇ, ਆਪਦੀਆਂ ਜ਼ਮੀਨਾਂ ਬਚਾ ਰਹੇ, ਕਿਸਾਨਾਂ 'ਤੇ ਧੱਕੇ ਨਾਲ ਕਬਜ਼ਾ ਕਰਨਾ ਚਾਹਿਆ, ਉਹਨਾਂ 'ਤੇ ਕੋਈ ਜ਼ਬਰ ਕੀਤਾ, ਉਹਨਾਂ 'ਤੇ ਕੋਈ ਜ਼ੁਲਮ ਕੀਤਾ, ਤਾਂ ਫਿਰ ਪੂਰਾ ਜਿਹੜਾ ਪੰਜਾਬ ਆ ਉਹ ਕੱਲ੍ਹ ਨੂੰ ਸੜਕਾਂ 'ਤੇ ਆਵੇਗਾ, ਔਰ ਪੂਰਾ ਪੰਜਾਬ ਅਸੀਂ ਜਾਮ ਕਰਾਂਗੇ, ਸਾਰੇ ਪੰਜਾਬ ਦੇ ਵਿੱਚ ਅੰਦੋਲਨ ਕਰਾਂਗੇ। 1 ਇੰਚ ਵੀ ਜ਼ਮੀਨ ਆ ਜਿਹੜੀ ਉਹ ਤੁਹਾਨੂੰ ਨਹੀਂ ਦੇਵਾਂਗੇ, ਕਿਸਾਨਾਂ ਤੋਂ ਨਹੀਂ ਖੋਣ ਦੇਵਾਂਗੇ। ਇਹ ਪੰਜਾਬ ਸਰਕਾਰ ਨੂੰ ਫਿਰ ਸਾਡੀ ਵੀ ਚੇਤਾਵਨੀ ਆ, ਇਹਦੀ ਜ਼ਿੰਮੇਵਾਰ ਜੋ ਕੋਈ ਵੀ ਇਹਦੇ ਵਿੱਚ ਹੁੰਦਾ ਕੱਲ੍ਹ ਨੂੰ, ਤਾਂ ਉਹਦੀ ਪੰਜਾਬ ਸਰਕਾਰ, ਪੰਜਾਬ ਪੁਲਿਸ ਅਤੇ ਇੱਥੋਂ ਦਾ ਸਿਵਲ ਪ੍ਰਸ਼ਾਸਨ ਜ਼ਿੰਮੇਵਾਰ ਆ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।